ਦੇਸ਼ ਵਿੱਚ ਟ੍ਰੈਫਿਕ ਰੂਲਸ ਤੋੜਨ ਵਾਲਿਆਂ ਦੀ ਸੰਖਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਜਿਸ ਕਰਕੇ ਕੇਂਦਰ ਸਰਕਾਰ ਨੇ ਪਿਛਲੇ ਦਿਨ ਇੱਕ ਨਵਾਂ ਨਿਯਮ ਪਾਸ ਕਰਕੇ ਜਾਂ ਇੱਕ ਨਵਾਂ ਐਕਟ ਪਾਸ ਕਰਕੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਉੱਤੇ ਜੁਰਮਾਨੇ ਅਤੇ ਸਜ਼ਾ ਦਾ ਪ੍ਰਾਵਧਾਨ ਕਰਤਾ, ਜੁਰਮਾਨੇ ਦੀ ਰਾਸ਼ੀ ਕਈ ਗੁਣਾ ਵਧਾ ਦਿੱਤੀ। ਲੇਕਿਨ ਉਸ ਦੇ ਬਾਵਜੂਦ ਜਿਹੜਾ ਟ੍ਰੈਫਿਕ ਨਿਯਮਾਂ ਦਾ ਉਲੰਘਣ ਹੈ ਉਹ ਰੁਕ ਨਹੀਂ ਰਿਹਾ, ਉਸ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਰਹੀ, ਜਿਸ ਕਰਕੇ ਹੁਣ ਚੰਡੀਗੜ੍ਹ ਪੁਲਿਸ ਨੇ ਇੱਕ ਨਵਾਂ ਤਰੀਕਾ ਲੱਭਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਦਾ, ਕਿਉਂਕਿ ਇਹ ਦੇਖਿਆ ਗਿਆ ਲੋਕ ਬਾਲੀਵੁੱਡ ਹੋਲੀਵੁੱਡ ਇਹਨਾਂ ਵੱਲ ਬਹੁਤ ਜਲਦੀ ਅਟਰੈਕਟਿਵ ਹੁੰਦੇ ਨੇ। ਇਸ ਕਰਕੇ ਚੰਡੀਗੜ੍ਹ ਪੁਲਿਸ ਦੇ ASI ਭੁਪਿੰਦਰ ਸਿੰਘ ਜੋ ਕਿ ਥਾਣੇਦਾਰ ਨੇ ਭੁਪਿੰਦਰ ਸਿੰਘ, ਉਹ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਆਪਣੇ ਗਾਣਿਆਂ ਦੇ ਥਰੂ। ਉਹਨਾਂ ਦਾ ਕਹਿਣਾ ਹੈ ਕਿ ਗਾਣਿਆਂ ਦੇ ਥਰੂ ਜਿਹੜਾ ਮੈਸੇਜ ਹੈ ਉਹ ਬੜਾ ਸਟੀਕ ਹੈ, ਲੋਕਾਂ ਨੂੰ ਜਲਦੀ ਸਮਝ ਆਉਂਦਾ ਹੈ, ਜਦਕਿ ਹੋਰ ਕਿਸੇ ਤਰ੍ਹਾਂ ਦੀ ਅਵੇਅਰਨੈਸ ਤੋਂ ਜਿਹੜਾ ਗਾਣਿਆਂ ਵਾਲਾ ਤਰੀਕਾ ਹੈ ਉਹ ਜ਼ਿਆਦਾ ਵਧੀਆ। ਸਾਡੇ ਨਾਲ ਭੁਪਿੰਦਰ ਸਿੰਘ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਜਿਹੜਾ ਗਾਣੇ ਗਾਉਂਦੇ ਆ ਇਹ ਸ਼ੌਂਕੀਆ ਗਾਉਂਦੇ ਆ ਜਾਂ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਕਿਹਾ ਗਿਆ ਤਾਂ ਇਸ ਤਰ੍ਹਾਂ ਦੇ ਉਹਨਾਂ ਨੇ ਗਾਣੇ ਗਾਏ ਨੇ, ਔਰ ਇਹ ਗਾਣੇ ਲਿਖਦਾ ਕੌਣ ਹੈ, ਇਹ ਸਾਰਾ ਕੁਛ ਅਸੀਂ ਭੁਪਿੰਦਰ ਸਿੰਘ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਭੁਪਿੰਦਰ ਜੀ, ਆਪਦਾ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ। ਭੁਪਿੰਦਰ ਜੀ, ਤੁਸੀਂ ਗਾਣੇ ਗਾ ਰਹੇ ਹੋ, ਲੋਕਾਂ ਨੂੰ ਅਵੇਅਰ ਕਰ ਰਹੇ ਹੋ ਟ੍ਰੈਫਿਕ ਨਿਯਮਾਂ ਦੇ ਪ੍ਰਤੀ, ਇਹ ਡਿਪਾਰਟਮੈਂਟ ਨੇ ਕਿਹਾ ਜਾਂ ਤੁਸੀਂ ਆਪਣੇ ਵੱਲੋਂ ਕਰ ਰਹੇ ਹੋ? ਦੇਖੋ, ਸ਼ੁਰੂਆਤ ਤੋਂ ਪਹਿਲਾਂ ਆਪਣੇ ਵੱਲੋਂ ਕਰਨੀ ਪੈਂਦੀ ਆ। ਜਦੋਂ ਡਿਪਾਰਟਮੈਂਟ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਤਾਂ ਡਿਪਾਰਟਮੈਂਟ ਨੇ ਫਿਰ ਬਾਅਦ ਵਿੱਚ ਮੈਨੂੰ ਉੱਥੇ ਰੱਖਿਆ ਹੈ। ਹੁਣ ਡਿਪਾਰਟਮੈਂਟ ਵੱਲੋਂ ਕਿਹਾ ਜਾਂਦਾ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ SSP ਸਾਹਿਬ ਵੱਲੋਂ ਕਿ ਤੂੰ ਲੋਕਾਂ ਨੂੰ ਅਵੇਅਰ ਕਰੇਗਾ ਗਾਣੇ ਗਾ ਕੇ ਵੀ। ਔਰ ਵੈਸੇ ਤੁਸੀਂ ਕੀ ਮੰਨਦੇ ਹੋ ਜਾਂ ਡਿਪਾਰਟਮੈਂਟ ਕੀ ਮੰਨਦਾ ਹੈ ਵੀ ਲੋਕਾਂ ਨੂੰ ਅਵੇਅਰ ਕਰਨ ਦਾ, ਗਾਣਿਆਂ ਰਾਹੀਂ ਜਿਹੜਾ ਅਵੇਅਰ ਕਰਨ ਦਾ ਤਰੀਕਾ ਹੈ ਇਹ ਕਿੰਨਾ ਕੁ ਕਾਰਗਰ ਹੈ? ਨੈਚੁਰਲੀ ਆ ਕਿ ਲੋਕਾਂ ਦੇ ਕਮੈਂਟਸ, ਕਿਉਂਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਫੇਸਬੁੱਕ ਪੇਜ ਆ, ਉਹਦੇ 'ਤੇ ਮੇਰੀ ਵੀਡੀਓ ਪਾਈਆਂ, ਉਹਦੇ 'ਤੇ ਵੀ ਕਮੈਂਟ ਆਉਂਦੇ ਨੇ ਅਤੇ ਸਾਡੇ SSP ਸਾਹਿਬ ਪੜ੍ਹਦੇ ਆ ਉਹਨਾਂ ਨੂੰ, ਅਤੇ ਉੱਤੋਂ ਉਹਨਾਂ ਨੂੰ ਲੱਗਿਆ ਕਿ ਲੋਕ ਇਹ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਆ। ਜਿਹੜੀ ਅਵੇਅਰਨੈਸ ਅਸੀਂ ਦੂਜੀ ਤਰ੍ਹਾਂ ਪੈਂਫਲੇਟ ਵੰਡ ਕੇ ਜਾਂ ਮਾਊਥ ਟੂ ਮਾਊਥ ਪ੍ਰਚਾਰ ਕਰਕੇ ਜਾਂ ਭਾਸ਼ਣ ਦੇਣ ਨਾਲੋਂ ਗਾਣਿਆਂ ਦੇ ਥਰੂ ਜਿਹੜਾ ਅਸੀਂ ਅਵੇਅਰਨੈਸ ਫੈਲਾਉਂਦੇ ਹਾਂ ਉਸਦਾ ਰਿਜ਼ਲਟ ਜ਼ਿਆਦਾ ਬਿਹਤਰ ਆਉਂਦਾ? ਮਤਲਬ ਨੈਚੁਰਲੀ ਆ ਕਿ ਜਿਹੜੇ ਸਾਰੇ ਤਰੀਕੇ ਸਹੀ ਆ, ਲੇਕਿਨ ਇਹ ਤਰੀਕਾ ਕੁਛ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦਾ। ਆਪਾਂ ਇਹ ਸੋਚਿਆ ਕਿ ਲੋਕਾਂ ਨੂੰ ਜ਼ਿਆਦਾ ਪਸੰਦ ਆ ਰਿਹਾ, ਅਤੇ ਉਸੇ ਤਰੀਕੇ ਨਾਲ ਹੀ ਫਿਰ ਮੈਂ ਜਿਹੜਾ ਮੌਕੇ ਦਾ ਗੀਤ ਹੁੰਦਾ ਵਾ ਉਹ ਲਿਖ ਕੇ ਅਤੇ ਗਾ ਕੇ ਲੋਕਾਂ ਨੂੰ ਸਮਝਾਉਂਦਾ, ਥੋੜ੍ਹਾ ਅੱਛਾ ਲੱਗਦਾ। ਇਹ ਜਿਹੜੇ ਗਾਣੇ ਤੁਸੀਂ ਗਾ ਰਹੇ ਹੋ ਇਹ ਤੁਸੀਂ ਖੁਦ ਲਿਖੇ ਨੇ? ਹਾਂਜੀ, ਜਾਂ ਟ੍ਰੈਫਿਕ ਦੇ ਗਾਣੇ ਤਾਂ ਟ੍ਰੈਫਿਕ ਵਾਲਾ ਹੀ ਲਿਖ ਸਕਦਾ, ਬਾਕੀ ਕਿਸੇ ਰਾਈਟਰ ਨੂੰ ਟ੍ਰੈਫਿਕ ਬਾਰੇ ਇੰਨਾ ਪਤਾ ਵੀ ਨਹੀਂ ਹੋਏਗਾ, ਅਤੇ ਲਕੀਰ ਦਾ ਆਪਾਂ ਕਿਉਂਕਿ ਟ੍ਰੈਫਿਕ ਦੇ ਵਿੱਚ ਰਹਿੰਦੇ, ਹੁਣ ਤਾਂ ਟ੍ਰੈਫਿਕ ਦੇ ਗਾਣੇ ਮੈਂ ਲਿਖ ਸਕਦਾ। ਤੁਸੀਂ ਜਿਹੜੇ ਗਾਣੇ ਹੁਣ ਗਾ ਰਹੇ ਹੋ ਇਹ ਟ੍ਰੈਫਿਕ ਪੁਲਿਸ ਦੀ ਨੌਕਰੀ ਜੁਆਇਨ ਕਰਨ ਤੋਂ ਬਾਅਦ ਗਾ ਰਹੇ ਹੋ ਜਾਂ ਪਹਿਲੇ ਵੀ ਆਲਰੇਡੀ ਤੁਸੀਂ ਗਾਉਂਦੇ ਸੀਗੇ ਅਤੇ ਆਵਾਜ਼ ਉਦੋਂ ਤੋਂ ਜਾਂ ਮਤਲਬ ਕਿ ਉਦੋਂ ਤੋਂ ਤੁਸੀਂ ਗਾਣੇ ਗਾਉਣ ਦਾ ਜਿਹੜਾ ਸ਼ੌਂਕ ਹੈ ਪਲਿਆ ਆਇਆ ਅਤੇ ਹੁਣ ਤੁਸੀਂ ਉਹਨੂੰ ਆਪਣੀ ਜੋਬ ਨਾਲ ਜੋੜ ਲਿਆ? ਹਾਂ, ਮੈਨੂੰ ਸ਼ੌਂਕ ਆ, ਪਹਿਲਾਂ ਵੀ ਮੈਂ ਗਾਣੇ ਗਾਉਂਦਾ ਸੀਗਾ, ਅਤੇ ਟ੍ਰੈਫਿਕ ਦੇ ਵਿੱਚ ਆ ਕੇ ਜਦੋਂ ਮੈਂ ਜ਼ਰੂਰਤ ਸਮਝੀ ਕਿ ਅੱਜ ਦੇ ਜਿਹੜਾ ਯੂਥ ਆ ਉਹ ਸੰਗੀਤ ਨਾਲ ਜੁੜਿਆ ਹੋਇਆ, ਅਤੇ ਮੈਂ ਸੋਚਿਆ ਕਿਉਂ ਨਾ, ਕਿਉਂਕਿ ਕੋਈ ਵੀ ਸਿੰਗਰ ਲੋਕਾਂ ਨੂੰ ਬਚਾਉਣ ਪ੍ਰਤੀ ਨਹੀਂ ਗਾਣੇ ਗਾ ਰਿਹਾ ਕਿ ਟ੍ਰੈਫਿਕ ਦੇ ਵਿੱਚ ਜਿਹੜੇ ਐਕਸੀਡੈਂਟ ਹੋ ਰਹੇ ਨੇ 1.5 ਲੱਖ ਦੇ ਕਰੀਬ ਸਾਡੇ ਇੰਡੀਆ ਦੇ ਵਿੱਚ ਲੋਕ ਮਰ ਰਹੇ ਨੇ, ਆਪਣੇ ਰੋਟੀਆਂ ਸੇਕ ਰਹੇ ਨੇ, ਕੋਈ ਕਹਿੰਦਾ ਲਾ ਕੇ 3 ਪੈਗ ਬੱਲੀਏ, ਉਹਦੇ ਨਾਲ ਦਾਰੂ ਪੀ ਕੇ ਕੀ ਹੋਏਗਾ ਮੁੰਡਿਆਂ ਦਾ ਹਾਲ, ਮਰ ਰਹੇ ਮੁੰਡੇ, ਹੋਸਟਲਾਂ ਦੇ ਵਿੱਚ ਮੈਸੇਜ ਕੀ ਆ, ਮੈਨੂੰ ਇੱਕ ਦਿਨ ਲਈ ਹੋਸਟਲ 'ਚ ਕਮਰਾ ਦੇ ਦਿਓ ਜੇ ਦਾਰੂ ਪੀਣੀ ਆ, ਤੂੰ ਪੜ੍ਹਾਈ ਨਹੀਂ ਕਰ ਸਕਦਾ, ਕੀ ਮੈਸੇਜ ਦੇ ਰਿਹਾ, ਮੈਨੂੰ ਥੋੜ੍ਹਾ ਉਹ ਅੱਛਾ ਨਹੀਂ ਲੱਗ ਰਿਹਾ, ਅਤੇ ਮੈਂ ਸੋਚਿਆ ਕਿ ਆਪਾਂ ਨੂੰ ਉਹਨਾਂ ਦੇ ਉਲਟ ਚੱਲਣਾ ਹੈ, ਆਪਾਂ ਇਹ ਕਹਿਣਾ ਹੈ ਕਿ ਦਾਰੂ ਪੀ ਕੇ ਗੱਡੀ ਨਾ ਚਲਾਈ ਹੋਏ ਰਾਤੀ ਨਾਕੇ ਲੱਗਦੇ, ਠੀਕ ਆ, ਉਹਦੇ 'ਚ ਵੀ ਇੰਟਰਟੇਨਮੈਂਟ ਉਹ 'ਚ ਵੀ ਆ, ਠੀਕ ਆ, ਠੀਕ ਆ, ਉਹਨਾਂ ਦਾ ਨਾਮ ਆ ਉਹ ਚੱਲ ਰਿਹਾ ਨਾਲ, ਇਸਦਾ ਮੈਸੇਜ ਵੀ ਵਧੀਆ ਮੈਸੇਜ ਆਉਂਦਾ, ਅਤੇ ਇਹ ਨਹੀਂ ਆ ਕਿ ਮੈਂ ਜਦੋਂ ਸਟੇਜ 'ਤੇ ਗਾਉਂਦਾ ਵਾਂ ਮੇਰੇ ਇੱਕ ਪਾਸੇ ਮੇਨ ਕਲਾਕਾਰ ਨੂੰ ਖੜਾ ਕਰ ਦਿਓ, ਇੱਕ ਪਾਸੇ ਮੈਨੂੰ ਖੜਾ ਕਰ ਦਿਓ, ਔਰ ਜਿਹੜੇ ਮੇਰੇ ਮੈਸੇਜ ਵਾਲੇ ਗਾਣੇ ਆ ਉਹ ਲੋਕ ਜ਼ਿਆਦਾ ਪਸੰਦ ਕਰਨਗੇ, ਕਿਉਂਕਿ ਮੈਸੇਜ ਦੀ ਵਰਡਿੰਗ ਸੁਣ ਕੇ, ਉਹਦਾ ਨਾਮ ਹੈ ਵੱਖਰੀ ਗੱਲ ਆ, ਲੇਕਿਨ ਬਰਾਬਰ ਮੇਰੇ ਵੀ ਗੀਤ ਸੁਣਨਗੇ ਔਰ ਇੰਜੋਏ ਲੈਣਗੇ। ਤੁਸੀਂ ਜਿਹੜਾ ਟ੍ਰੈਫਿਕ ਨੂੰ ਪਹਿਲਾ ਗਾਣਾ ਲਿਖਿਆ ਜਾਂ ਗਾਇਆ ਉਹ ਕਿਹੜਾ ਸੀਗਾ? ਉਹ ਮੇਰਾ ਇੱਕ ਹਾਦਸੇ ਦਾ ਗੀਤ ਸੀਗਾ, ਕਿਉਂਕਿ ਐਕਸੀਡੈਂਟ ਹੋਇਆ ਸੀ ਇੱਕ, ਉਹਦੇ ਵਿੱਚ 3 ਕੁੜੀਆਂ ਡੈਥ ਹੋ ਗਈ ਸੀਗੀ, ਅਤੇ ਉਹ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਮੈਂ। ਚੰਡੀਗੜ੍ਹ ਦੀ ਘਟਨਾ? ਚੰਡੀਗੜ੍ਹ ਦੀ ਆ, ਇਹ ਲਕਸ਼ਮੀ ਨਾਰਾਇਣ ਮੰਦਿਰ ਆ, ਹਾਂਜੀ, ਸੈਕਟਰ 45-45 ਡਿਵਾਈਡਿੰਗ ਰੋਡ 'ਤੇ ਅਗਲੇ ਪਾਸੇ ਐਕਸੀਡੈਂਟ ਹੋਏ, ਪੇੜ ਨਾਲ ਟਕਰਾ ਕੇ ਗੱਡੀ, ਕਾਰ 'ਚ ਸੀਗੀਆਂ 3 ਕੁੜੀਆਂ, 3 ਕੁੜੀਆਂ ਰਾਤ ਨੂੰ 1 ਵਜੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ,
ਅਤੇ ਉਹਨਾਂ ਡੈਥ ਹੋ ਗਈ ਸੀ ਉਹਨਾਂ ਦੀ, ਉਹਨਾਂ ਦੇ ਜਦੋਂ ਸਰਟੀਫਿਕੇਟ ਵੇਖੇ, ਡਿਗਰੀਆਂ ਵੇਖੀਆਂ, ਅਤੇ ਮੈਨੂੰ ਬੜਾ ਝਟਕਾ ਲੱਗਾ ਕਿ ਕਿੰਨੇ ਸੁਪਨੇ ਸੀਗੇ ਮਾਂ ਪਿਓ ਦੇ ਵੀ, ਇਹਨਾਂ ਦੇ ਵੀ, ਅਤੇ ਜ਼ਿੰਦਗੀ ਕਿੱਥੇ ਖਤਮ ਹੋਈ ਆ? ਸੜਕ 'ਤੇ ਸੁਪਨੇ ਕਿੱਥੇ ਟੁੱਟ ਗਏ? ਸੜਕ 'ਤੇ। ਅਤੇ ਜਦੋਂ ਆਪਾਂ ਥੋੜ੍ਹੀ ਜਿਹੀ ਲਾਪਰਵਾਹੀ, ਥੋੜ੍ਹਾ ਜਿਹਾ ਇੰਜੋਏ ਵਾਸਤੇ ਆਪਾਂ ਇੰਨਾ ਵੱਡਾ ਹਾਦਸੇ ਦਾ ਸ਼ਿਕਾਰ ਹੋ ਜਾਈਏ ਕਿ ਮਾਂ ਪਿਓ ਨੂੰ ਰੋਣ ਦੀ, ਉੱਥੇ ਸਾਰੀ ਜ਼ਿੰਦਗੀ ਮਾਂ ਪਿਓ ਵੀ ਰੋਣਾ ਪਵੇ, ਅਤੇ ਤੁਹਾਡੀ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਕੋਈ ਇਹ ਧਿਆਨ ਨਹੀਂ, ਕੋਈ ਫਿਲਮ 'ਤੇ ਬਣ ਨਹੀਂ ਰਹੀ, ਅਤੇ ਉਹ ਕਿੱਥੇ ਗਏ? ਇੰਨੀ ਪੜ੍ਹਾਈ, ਇੰਨੀ ਮੁਸ਼ਕਲ, ਬੱਚੇ ਨੂੰ ਮਾਂ ਪਿਓ ਸਕੂਲੇ ਛੱਡ ਕੇ ਆਉਂਦੇ ਆ, ਲੈ ਕੇ ਆਉਂਦੇ ਆ, ਛੱਡ ਕੇ ਆਉਂਦੇ ਆ, ਉਹ ਪੀਰੀਅਡ ਕਿੱਥੇ ਗਿਆ? ਜੇ ਉਹ ਜੂਸ ਜਿਹੜਾ ਵਾ ਸੜਕ 'ਤੇ ਮਰ ਰਿਹਾ, ਉਹ ਮਾਂ ਪਿਓ ਦੀ ਮਿਹਨਤ ਕਿੱਥੇ ਗਈ? ਉਹਦੀ ਖੁਦ ਦੀ ਮਿਹਨਤ ਕਿੱਥੇ ਗਈ? ਪੇਪਰ ਦਿੱਤੇ ਉਹਨੇ, ਡਿਗਰੀਆਂ ਪ੍ਰਾਪਤ ਕੀਤੀਆਂ, ਮੈਂ ਸੁਪਨੇ ਸੀ ਜਿਹੜੇ ਉਹਨਾਂ ਦੇ ਚੱਕਣਾ ਚੂਰ ਹੋ ਗਏ, ਇਸ ਕਰਕੇ ਫਿਰ ਮੈਂ ਪਹਿਲਾ ਗਾਣਾ ਲਿਖਿਆ ਸੀਗਾ। ਕੀ ਗਾਣੇ ਦੇ ਬੋਲ ਕੀ ਸੀਗੇ ਥੋੜ੍ਹਾ ਜਿਹਾ? ਉਹ ਸੜਕ 'ਤੇ ਕਈਆਂ ਦੇ ਸੁਪਨੇ ਹਾਏ ਚੂਰੋ ਚੂਰ ਹੁੰਦੇ ਵੇਖੇ ਨੇ, ਹਾਏ ਆਪਣਿਆਂ ਤੋਂ ਆਪਣੇ ਮੈਂ ਦੂਰ ਹੁੰਦੇ ਵੇਖੇ ਨੇ। ਸੜਕ 'ਤੇ ਕਈਆਂ ਦੇ ਸੁਪਨੇ ਸੋਚਿਆ ਵੀ ਨਹੀਂ ਸੀ ਕੁਝ ਇੱਦਾਂ ਹੋ ਜਾਵੇਗਾ, ਕਰੋਂਗੀ ਆ ਲਾਡਲਾ ਵਾਪਸ ਨਹੀਂ ਆਵੇਗਾ, ਹਾਏ ਕਰੋਂਗੇ ਆ ਲਾਡਲਾ ਵਾਪਸ ਨਹੀਂ ਆਵੇਗਾ। ਹੱਥਾਂ ਵਿੱਚ ਖੇਲੇ ਜਿਹੜੇ, ਹੱਥਾਂ ਵਿੱਚ ਖੇਲੇ ਜਿਹੜੇ ਦੂਰ ਹੁੰਦੇ ਵੇਖੇ ਨੇ। ਸੜਕ 'ਤੇ ਕਈਆਂ ਦੇ ਸੁਪਨੇ ਚੂਰ ਹੁੰਦੇ ਵੇਖੇ ਨੇ, ਹਾਏ ਚੂਰੋ ਚੂਰ ਹੁੰਦੇ ਵੇਖੇ ਨੇ। ਹਾਂ ਭੁਪਿੰਦਰ ਸਿੰਘ ਜੀ, ਡਿਪਾਰਟਮੈਂਟ ਨੇ ਕਦੋਂ ਦੇਖਿਆ ਤੁਹਾਨੂੰ, ਵੀ ਕਿਹੜੇ ਗਾਣਾ, ਕਿਹੜਾ ਇਹੋ ਜਿਹਾ ਗਾਣਾ ਸੀ ਜਿਸ 'ਤੇ ਡਿਪਾਰਟਮੈਂਟ ਨੂੰ ਲੱਗਿਆ ਵੀ ਹਾਂ ਯਾਰ ਭੁਪਿੰਦਰ ਸਿੰਘ ਜੀ ਨੂੰ ਤਾਂ ਇਸ ਕੰਮ ਵਾਸਤੇ ਲਗਾਇਆ ਜਾ ਸਕਦਾ, ਔਰ ਇਸਦਾ ਜਿਹੜਾ ਮੈਸੇਜ ਆ ਬਹੁਤ ਵਧੀਆ ਜਾ ਰਿਹਾ ਲੋਕਾਂ ਵਿੱਚ, ਹੁਣ ਉਹ ਆਪਣੇ ਸਤਰ 'ਤੇ ਕੰਮ ਕਰ ਰਹੇ ਨੇ, ਅਤੇ ਡਿਪਾਰਟਮੈਂਟ ਦੀ ਹੈਲਪ ਮੈਂ ਕਿਹੜੇ ਗਾਣੇ ਤੋਂ ਬਾਅਦ ਤੁਹਾਨੂੰ ਮਿਲਣੀ ਸ਼ੁਰੂ ਹੋਈ? ਮੇਰਾ ਇਹੋ ਗਾਣਾ ਜਿਹੜਾ SSP ਸਾਹਿਬ ਨੇ ਪਹਿਲੀ ਵਾਰ ਸੁਣਿਆ ਸੀਗਾ, ਮੇਰਾ ਸਸਾਂਕ ਨੰਦ ਜੀ ਨੇ ਗਾਣੇ 'ਤੇ ਹੀ ਡਿਪਾਰਟਮੈਂਟ ਨੂੰ ਪਤਾ ਚੱਲ ਗਿਆ ਸੀ। ਮੈਂ ਪਹਿਲਾਂ ਵੀ ਗਾਉਂਦਾ ਸੀ, ਲੇਕਿਨ ਇਹ ਗਾਣੇ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਸੀ ਥੋੜ੍ਹਾ, ਕਿਉਂਕਿ ਇਹ ਗਾਣਾ ਥੋੜ੍ਹਾ ਟੱਚ ਕਰਦਾ ਦਰਦ ਨੂੰ, ਅਤੇ ਇਸੇ ਗਾਣੇ 'ਤੇ ਫਿਰ SSP ਸਾਹਿਬ ਨੇ ਮੇਰਾ ਰਿਕਮੈਂਡ ਕੀਤਾ ਸੀਗਾ, ਜਿਹੜਾ ਪੁਲਿਸ ਮੈਡਲ ਹੁੰਦਾ। ਫਿਰ ਮੈਨੂੰ 15 ਅਗਸਤ 2016 ਨੂੰ ਇੱਥੇ ਹੀ ਪਰੇਡ ਗਰਾਊਂਡ 'ਚ ਮੈਨੂੰ ਤਿਰੰਗੇ ਦੇ ਥੱਲੇ, ਬੜਾ ਮਾਣ ਵਾਲੀ ਗੱਲ ਆ ਕਿ ਮੈਨੂੰ ਗਵਰਨਰ ਸਾਹਿਬ ਵੱਲੋਂ ਮੈਡਲ ਦਿੱਤਾ ਗਿਆ। ਉਸ ਤੋਂ ਬਾਅਦ ਮੇਰੇ ਖਿਆਲ ਸ਼ਾਇਦ ਪ੍ਰਮੋਸ਼ਨ ਵੀ ਤੁਹਾਨੂੰ ਆਊਟ ਆਫ ਵੇ ਜਾ ਕੇ ਤੁਹਾਨੂੰ ਪ੍ਰਮੋਟ ਵੀ ਕੀਤਾ ਗਿਆ, ਇਸੀ ਕਰਕੇ ਵੀ ਤੁਸੀਂ ਜਿਹੜੀ ਤੁਹਾਡੀ ਅਵੇਅਰਨੈਸ ਹੈ ਜਾਂ ਲੋਕਾਂ ਨੂੰ ਜਿਹੜਾ ਤੁਸੀਂ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਿਹੜਾ ਅਵੇਅਰ ਕਰ ਰਹੇ ਹੋ, ਉਸਦਾ ਮੈਸੇਜ ਬਹੁਤ ਚੰਗਾ ਜਾ ਰਿਹਾ ਔਰ ਲੋਕ ਤੁਹਾਨੂੰ ਪਸੰਦ ਵੀ ਕਰ ਰਹੇ ਨੇ, ਇਸ ਕਰਕੇ ਸ਼ਾਇਦ ਮੇਰਾ ਖਿਆਲ। ਹਾਂਜੀ, ਮੈਂ ਬੜਾ ਡਿਪਾਰਟਮੈਂਟ ਵੱਲੋਂ ਮੈਨੂੰ ਅਲੱਗ ਅਲੱਗ ਤਰੀਕਿਆਂ ਨਾਲ ਹੌਸਲਾ ਵਧਾਈ ਦਿੱਤੀ ਜਾਂਦੀ ਆ, ਅਤੇ ਪਿੱਛੇ 15 ਅਗਸਤ ਨੂੰ ਸਾਨੂੰ ਪ੍ਰਮੋਟ ਕੀਤਾ ਗਿਆ ਸੀਗਾ। ਅਤੇ ਭੁਪਿੰਦਰ ਸਿੰਘ ਜੀ, ਇਹ ਤਾਂ ਹੋ ਗਏ ਗਾਣਿਆਂ ਦੀ ਸ਼ੁਰੂਆਤ, ਅੱਜ ਕੱਲ੍ਹ ਮਤਲਬ ਕਿ ਤੁਸੀਂ ਕਿਹੜਾ ਗਾਣਾ ਗਾ ਰਹੇ ਹੋ ਔਰ ਕਿੱਦਾਂ ਮਤਲਬ ਕਿ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ, ਮਤਲਬ ਕਿ ਇੱਕ TV ਚੈਨਲ 'ਤੇ ਗਾ ਕੇ, ਰੇਡੀਓ 'ਤੇ ਗਾ ਕੇ, ਸੜਕਾਂ 'ਤੇ ਗਾ ਕੇ, ਕਿੱਦਾਂ ਕਰ ਰਹੇ ਹੋ? ਜਿੱਦਾਂ ਅੱਜ ਕੱਲ੍ਹ ਤਿਉਹਾਰਾਂ ਦੇ ਦਿਨ ਆ, ਅਤੇ ਤਿਉਹਾਰਾਂ ਦੇ ਦਿਨ ਦੇ ਵਿੱਚ ਨੋ ਪਾਰਕਿੰਗ ਬਹੁਤ ਜ਼ਿਆਦਾ ਹੁੰਦੀ ਆ, ਅਤੇ ਪਾਰਕਿੰਗ ਦੇ ਵਿੱਚ ਫਿਰ ਲੋਕੇ ਕੀ ਕਰਦੇ ਆ ਕਿ ਗੱਡੀਆਂ ਸੜਕ 'ਤੇ ਖੜ੍ਹੀਆਂ ਕਰ ਦਿੰਦੇ ਆ, ਅਤੇ ਫਿਰ ਜਾਮ ਲੱਗਦਾ, ਅਤੇ ਫਿਰ ਆਪ ਹੀ ਪਰੇਸ਼ਾਨ ਹੁੰਦੇ ਆ। ਉਸ ਜਾਮ ਦੇ ਕਰਕੇ ਮੈਨੇ ਨੋ ਪਾਰਕਿੰਗ ਦੇ ਵਿੱਚ ਗਾਣਾ ਲਾਇਆ ਕਿ ਨੋ ਪਾਰਕਿੰਗ ਵਾਲਾ ਗਾਣਾ ਮੇਰਾ ਵਾਇਰਲ ਹੋਇਆ, ਤੂੰ ਸੁਣਿਆ ਹੀ ਹੋਏਗਾ, ਥੋੜ੍ਹਾ ਜਿਹਾ ਗਾ ਕੇ ਸੁਣਾਓ। ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ ਸੜਕਾਂ 'ਤੇ ਹੈ, ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ ਸੜਕਾਂ 'ਤੇ ਹੈ, ਨੋ ਪਾਰਕਿੰਗ, ਨੋ ਪਾਰਕਿੰਗ ਬੱਲਾਂ ਗੱਡੀ ਖੜ੍ਹੀ ਕਰੇਗੀ, ਤੂੰ ਰੋ ਪਾਰਕਿੰਗ ਪਹਿਲਾਂ ਗੱਡੀ ਖੜ੍ਹੀ ਕਰੇਗੀ, ਲੱਭਦੀ ਨਾ ਗੱਡੀ ਲੱਭਦੀ ਹੀ ਰਹਿ ਗਈ ਹੀ, ਬੋਲੋ ਤਾਰਾ ਰਾਰਾ, ਹੋ ਤਾਰਾ ਰਾਰਾ ਗੱਡੀ ਨੂੰ ਕਰੇਨ ਲੈ ਗਈ ਹੀ, ਬੋਲੋ ਤਾਰਾ ਰਾਰਾ। ਦਲੇਰ ਮਹਿੰਦੀ ਦਾ ਜਿਹੜਾ ਗਾਣਾ ਸੀਗਾ ਉਸਨੂੰ ਥੋੜ੍ਹਾ ਜਿਹਾ ਮੋਡੀਫਾਈ ਕੀਤਾ। ਹਾਂਜੀ, ਇੱਕ ਸੜਕਾਂ ਦੇ ਉੱਤੇ ਨਾ ਇੱਕ ਹੋਰ ਬੜੀ ਦਿੱਕਤ ਆ, ਹੋਰਨ ਦੀ ਵੀ ਬਹੁਤ ਵੱਡੀ ਦਿੱਕਤ ਆ, ਤੁਸੀਂ ਉਸਦੇ ਉੱਤੇ ਵੀ ਕੋਈ ਗਾਣਾ ਲਿਖਿਆ? ਹਾਂ, ਜਿੱਦਾਂ ਹੋਰਨ ਬਿਨਾਂ ਵਜ੍ਹਾ ਤੋਂ ਵੱਜਦੇ ਆ, ਅਤੇ ਸਾਡੇ ਚੰਡੀਗੜ੍ਹ ਦੇ ਵਿੱਚ ਨੋ ਹੋਕਿੰਗ ਦੀ ਕੈਂਪੇਨ ਚਲਾਈ ਸੀਗੀ, ਅਤੇ ਨੋ ਹੋਕਿੰਗ ਦਾ ਮੈਂ ਗਾਣਾ ਲਿਖਿਆ ਸੀਗਾ। ਹੋ ਸਮਝੇ ਨਾ ਤੂੰ ਮੁੰਡਿਆ ਵੇ, ਮੈਂ ਪੁਲਿਸ ਬੁਲਾ ਲਾਂਗੀ,
हॉर्न फिर बजाया तेरा चलान करा दांगी वे जान जान के मैनू क्यों गुस्सा चढ़ाई जाना है वे बिना गल तो हॉर्न क्यों बजाई जाना है वे बिना गल तो हॉर्न क्यों बजाई जाना है। ਭੁਪਿੰਦਰ ਜੀ ਮੈਂ ਇਹ ਜਾਣਨਾ ਚਾਹ ਰਿਹਾ ਸੀਗਾ, ਮੈਂ ਪਹਿਲੇ ਵੀ ਗੱਲ ਕੀਤੀ ਸੀ ਤੁਹਾਡੇ ਨਾਲ, ਵੀ ਇਹ ਗਾਣੇ ਤੁਸੀਂ ਗਾ ਕਿੱਥੇ ਰਹੇ ਹੋ? ਸੜਕਾਂ 'ਤੇ ਗਾ ਰਹੇ ਹੋ, ਰੇਡੀਓ 'ਤੇ, ਟੀਵੀ 'ਤੇ ਜਾਂ ਕੈਸਟਾਂ ਕੱਢ ਕੇ ਕਿੱਦਾਂ, ਮਤਲਬ ਕਿ ਇਸ ਦਾ ਪ੍ਰਚਾਰ ਕਿੱਦਾਂ ਕਰ ਰਹੇ ਹੋ? ਇਹ ਗਾਣੇ ਸਾਡੇ ਕਾਲਜ ਦੇ ਵਿੱਚ ਆਪਾਂ ਜਾਂਦੇ ਹਾਂ, ਸਾਡਾ ਇੱਕ ਕੈਂਪਿੰਗ ਹੁੰਦੀ ਆ ਡੇਢ ਘੰਟੇ ਦੀ, ਉੱਥੇ ਇੱਕ ਲੈਕਚਰ ਹੁੰਦਾ, ਉੱਥੇ ਲੈਕਚਰਾਂ ਰਾਹੀਂ ਅਤੇ ਨਾਲੇ ਜਿਹੜੇ ਕਾਲਜ ਦੇ ਮੁੰਡੇ ਆ ਥੋੜ੍ਹਾ ਗਾਣੇ ਦੇ ਰਾਹੀਂ ਜ਼ਿਆਦਾ ਮੈਸੇਜ ਦਿੰਦੇ ਆ, ਉੱਥੇ ਗਾ ਰਹੇ ਹਾਂ। ਸਕੂਲ ਦੇ ਬੱਚੇ ਆਉਂਦੇ ਆ ਪਲੱਸ ਵਨ ਪਲੱਸ ਟੂ ਦੇ, ਉਹਨਾਂ ਨੂੰ ਵੀ ਗਾਣੇ ਰਾਹੀਂ ਦੱਸਿਆ ਜਾਂਦਾ ਵਾ, ਅਤੇ ਪਲੱਸ ਮਾਰਕੀਟਾਂ ਦੇ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਵੀ ਗਾਉਂਦੇ ਹਾਂ। ਭੁਪਿੰਦਰ ਜੀ ਇੱਕ ਤੁਸੀਂ ਹੁਣੀ ਗੱਲ ਦੱਸੀ ਵੀ ਤੁਹਾਨੂੰ ਡਿਪਾਰਟਮੈਂਟ ਵੱਲੋਂ ਬੜੀ ਪ੍ਰਸ਼ੰਸਾ ਮਿਲ ਰਹੀ ਆ, ਤੁਹਾਨੂੰ ਡਿਪਾਰਟਮੈਂਟ ਨੇ ਤੁਹਾਨੂੰ ਸਨਮਾਨਿਤ ਵੀ ਕੀਤਾ, ਤੁਹਾਨੂੰ ਪ੍ਰਮੋਟ ਵੀ ਕੀਤਾ, ਹੋਰ ਵੀ ਲੋਕ ਤੁਹਾਨੂੰ ਜਿਹੜਾ ਤੁਹਾਡਾ ਇਹ ਕੰਮ ਹੈ ਅਵੇਅਰਨੈਸ ਵਾਲਾ, ਇਹਨੂੰ ਦੇਖ ਕੇ ਹੋਰ ਵੀ ਲੋਕ ਤੁਹਾਡੇ ਪ੍ਰਸ਼ੰਸਕ ਹੋਏ ਆ, ਤੁਹਾਡੀ ਕੋਈ ਸਹਾਇਤਾ ਕਿਸੇ ਤਰੀਕੇ ਨਾਲ ਕਰ ਰਹੇ ਨੇ ਜਾਂ ਤੁਹਾਨੂੰ ਕੋਈ ਹੱਲਾਸ਼ੇਰੀ ਕਿਤੋਂ ਹੋਰ ਵੀ ਮਿਲ ਰਹੀ ਹੈ? ਨਹੀਂ, ਡਿਪਾਰਟਮੈਂਟ ਵੱਲੋਂ ਹੱਲਾਸ਼ੇਰੀ ਮਿਲ ਰਹੀ ਹੈ, ਬਾਕੀ ਨਹੀਂ ਕਿਸੇ ਵੱਲੋਂ ਮਿਲ ਰਹੀ, ਕੋਈ ਹੱਲਾਸ਼ੇਰੀ ਨਹੀਂ ਹੈ। ਮੈਂ ਆਪਣੇ ਆਪ ਹੀ ਜਿੰਨੀ ਕੋਸ਼ਿਸ਼ ਕਰ ਰਿਹਾ, ਬਾਕੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਮੇਰੀ ਸਪੋਰਟ ਕਰ ਰਿਹਾ, ਲੋਕ ਅੱਛਾ ਕਰ ਰਹੇ। ਸੋਸ਼ਲ ਮੀਡੀਆ 'ਤੇ ਤਾਂ ਮੈਂ ਦੇਖਿਆ ਤੁਹਾਡਾ ਜਿਹੜੇ ਕਹਿੰਦੇ ਤੁਸੀਂ ਗਾਣੇ ਪਾ ਰੱਖੇ ਆ, ਉਸਦੀ ਵਿਊਸ਼ਿਪ ਵੀ ਬੜੀ ਅੱਛੀ ਚੱਲ ਰਹੀ ਆ। ਅਤੇ ਬਿਲਕੁਲ ਜੀ, ਬਸ ਸੋਸ਼ਲ ਮੀਡੀਆ ਇੱਕ ਸਹਾਰਾ ਹੈ, ਕਿਉਂਕਿ ਇੱਕ ਮੇਰੇ ਹਿਸਾਬ ਨਾਲ ਇੱਕ ਗਰੀਬਾਂ ਦਾ ਸਹਾਰਾ ਹੈ, ਜਿਹੜੇ ਬੰਦੇ ਪੈਸੇ ਨਾਲ ਨਹੀਂ ਨਾ ਲਾ ਸਕਦੇ, ਕੋਈ ਵੀਡੀਓ ਨਹੀਂ ਬਣਾ ਸਕਦੇ, ਉਹਨਾਂ ਦਾ ਇੱਕ ਸਭ ਤੋਂ ਵਧੀਆ ਸੋਸ਼ਲ ਸਹਾਰਾ ਸੋਸ਼ਲ ਮੀਡੀਆ ਹੈ, ਕਿ ਜੋ ਵੀ ਕੋਈ ਕਲਾਕਾਰ ਹੈ, ਜੋ ਵੀ ਆਪਣਾ ਵਾ, ਉਹ ਆਪਣਾ ਆਪ ਨੂੰ ਅੱਗੇ ਲਿਆ ਸਕਦਾ, ਲੋਕਾਂ ਨੂੰ ਦਿਖਾ ਸਕਦਾ ਹੈ। ਪਹਿਲਾਂ ਇਹੋ ਜਿਹਾ ਕੋਈ ਕੁਛ ਨਹੀਂ ਸੀਗਾ। ਤੁਹਾਡੇ ਮਨ 'ਚ ਤਮੰਨਾ ਹੈਗੀ ਆ ਵੀ ਤੁਹਾਡਾ ਵੀ ਗਾਣਾ, ਜਿੱਦਾਂ ਵੱਡੇ ਵੱਡੇ ਸਿੰਗਰ ਹੁੰਦੇ ਆ ਉਹਨਾਂ ਦਾ ਗਾਣਾ ਰਿਲੀਜ਼ ਹੁੰਦਾ ਕਮਰਸ਼ੀਅਲ ਬੇਸ 'ਤੇ, ਅਤੇ ਤੁਹਾਡੇ ਮਨ 'ਚ ਵੀ ਕੋਈ ਤਮੰਨਾ ਹੈਗੀ ਆ ਵੀ ਤੁਹਾਡਾ ਵੀ ਗਾਣਾ ਜਿਹੜਾ ਕਮਰਸ਼ੀਅਲ ਪਰਪਸ ਲਈ ਰਿਲੀਜ਼ ਹੋਵੇ ਜਾਂ ਤੁਸੀਂ ਵੀ ਕਮਰਸ਼ੀਅਲ ਗਾਣਾ ਰਿਲੀਜ਼ ਕਰੋ? ਮੇਰੇ ਦਿਲ 'ਚ ਤਾਂ ਬਹੁਤ ਜ਼ਿਆਦਾ ਇਹ ਹੈਗਾ, ਇਹ ਸ਼ੌਕ ਹੈ ਕਿ ਮੈਂ ਇੱਕ ਕਲਾਕਾਰ ਬਣਾ। ਮੈਨੂੰ ਜ਼ਿਆਦਾ ਮਤਲਬ ਸ਼ੌਕ ਜਿਹੜਾ ਵਾ ਗਾਉਣ ਦਾ ਜਾਂ ਸਟਾਰ ਬਣਦਾ, ਜੋ ਮਤਲਬ ਜਿਹੜਾ ਸਟਾਰ ਲੱਗਾ ਹੈ ਜਾਂ ਮੈਂ ਦੋ ਸਟਾਰ ਲੈ ਲਾਂ, ਨਹੀਂ ਉਹ ਨਹੀਂ ਆ। ਮੇਰਾ ਸ਼ੌਕ ਇਹੀ ਆ ਕਿ ਮੇਰੇ ਕੋਲ ਕਮਰਸ਼ੀਅਲ ਗਾਣਾ ਹੈਗਾ, ਇੱਕ ਕਮਰਸ਼ੀਅਲ ਗਾਣਾ ਮੈਂ ਬਣਾਇਆ ਵੀ ਆ, ਵਿਆਹਾਂ ਦੇ ਵਿੱਚ ਜਿਹੜਾ ਲੋਕ ਗੋਲੀ ਚਲਾਉਂਦੇ ਕਮਰਸ਼ੀਅਲ ਵੀ ਆ, ਪਰ ਇੰਨੇ ਪੈਸੇ ਨਹੀਂ ਹੈਗੇ ਕਿ ਆਪਾਂ ਉਹਨੂੰ ਲਾ ਕੇ ਆਪਾਂ ਪ੍ਰੋਡਿਊਸਰ ਕਰ ਲਈਏ। ਆਪਾਂ ਵੱਡੇ ਸਿੰਗਰਾਂ ਵਾਂਗੂ ਇੰਨੇ ਪੈਸੇ ਨਹੀਂ ਲਾ ਸਕਦੇ, ਉਹਨਾਂ ਕੋਲ ਤਾਂ ਪੈਸਾ ਹੈਗਾ, ਇਸ ਇੱਥੋਂ ਫੀਡਬੈਕ ਆ ਰਹੀ ਆ ਅਤੇ ਸਾਨੂੰ ਫੀਡਬੈਕ ਅਤੇ ਸੈਲਰੀ ਮਿਲ ਰਹੀ ਆ, ਅਤੇ ਸੈਲਰੀ ਤੋਂ ਦੋ ਤਿੰਨ ਗਾਣੇ ਮੈਂ ਕਰਾਏ ਰਿਕਾਰਡ, ਅਤੇ ਬਾਕੀ ਮੈਂ ਇੰਨਾ ਨਹੀਂ ਕਰ ਸਕਦਾ ਕਿ ਮੈਂ ਉਹਦੀ 3-3 ਲੱਖ 4-4 ਲੱਖ ਦੀ ਵੀਡੀਓ ਬਣਾ ਕੇ, ਅਤੇ ਕੰਪਨੀਆਂ ਵਾਲੇ ਵੀ ਅੱਗੋਂ 2-2 ਲੱਖ ਰੁਪਏ ਮੰਗਦੇ, 4-4 ਲੱਖ ਮੰਗਦੇ ਆ, ਜਿਹੜੇ ਚੈਨਲ ਆ ਉਹ ਵੀ 5-5 ਲੱਖ 10-10 ਲੱਖ ਮੰਗਦੇ ਆ, ਆਪਾਂ ਕਿੱਥੇ ਕਰ ਸਕਦੇ ਹਾਂ? ਕੋਈ ਪ੍ਰੋਡਿਊਸਰ ਮਿਲੇਗਾ ਤੁਹਾਡੇ ਭਰਾਵਾਂ ਦੀ ਮਿਹਰਬਾਨੀ ਹੋਏਗੀ ਤਾਂ ਮੈਂ ਕਰ ਪਾਵਾਂਗਾ, ਨਹੀਂ ਤਾਂ ਮੈਂ ਨਹੀਂ ਕਰ ਪਾਵਾਂਗਾ। ਹਾਲੇ ਤੁਹਾਨੂੰ ਕਿਸੇ ਪ੍ਰੋਡਿਊਸਰ ਨੇ ਤੁਹਾਡੇ ਨਾਲ ਤੁਹਾਡੀ ਆਵਾਜ਼ ਸੁਣ ਕੇ ਸੰਪਰਕ ਨਹੀਂ ਕੀਤਾ ਵੀ ਆਪਾਂ ਕੋਈ ਮਿਲ ਕੇ ਕੋਈ ਕਮਰਸ਼ੀਅਲ ਗਾਣਾ ਰਿਲੀਜ਼ ਕਰ ਸਕੀਏ? ਨਹੀਂ, ਅਜੇ ਤੱਕ ਨਹੀਂ ਕੀਤਾ ਕਿਸੇ ਨੇ ਵੀ। ਆਉਂਦੇ ਆ, ਥੋੜ੍ਹਾ ਜਿਹਾ ਸੁਣਦੇ ਆ, ਉਹਨਾਂ ਨੂੰ ਲੱਗਦਾ ਖੁਰੇ ਟ੍ਰੈਫਿਕ ਦੇ ਗਾਣੇ, ਮੇਰੇ ਕੋਲ ਗਾਣੇ ਬਹੁਤ ਆ, ਮੈਟਰ ਬਹੁਤ ਹੈ ਮੇਰੇ ਕੋਲ ਪਿਆ, ਅਗਰ ਮੈਟਰ ਸੁਣੋਗੇ ਸੁਪਰ ਡੁਪਰ ਹਿੱਟ ਹੋਣ ਵਾਲਾ ਹੈ, ਲੇਕਿਨ ਉਹਨੂੰ ਬੂਸਟ ਕਰਨਾ ਪਏਗਾ, ਉਹਦੀ ਵੀਡੀਓ ਬਣੇਗੀ ਤਾਂ ਹੀ ਹਿੱਟ ਹੋਏਗਾ ਨਾ, ਉਹਨੂੰ ਬਕਾਇਦਾ ਟੀਵੀ 'ਤੇ ਚਲਾਉਣਾ ਪਏਗਾ, ਉਹ ਖਰਚਾ ਹੈ, ਅਤੇ ਜੇ ਖਰਚਾ ਜਿਹੜਾ ਵਾ ਉਹ ਕਰਿਆ ਜਾਵੇ ਤਾਂ ਸੁਪਰ ਡੁਪਰ ਹਿੱਟ ਹੋਏਗਾ। ਜਿਹੜਾ ਮੇਰਾ ਮੈਸੇਜ ਵਾਲਾ ਗਾਣਾ ਹੈ, ਗੋਲੀਆਂ ਜਿਹੜੀਆਂ ਵਿਆਹਾਂ 'ਚ ਨਹੀਂ ਚਲਾਉਣੀ ਚਾਹੀਦੀਆਂ, ਜੇ ਤੁਸੀਂ ਸੁਣੋਗੇ ਜਦੋਂ ਮੈਂ ਅਜੇ ਡਿਸਕਲੋਜ਼ ਨਹੀਂ ਕਰਾਂਗਾ, ਤਾਂ ਕੋਈ ਕਹੋਗੇ ਵਾਕਈ ਗਾਣਾ ਹੈ, ਇੰਟਰਟੇਨਮੈਂਟ ਪਲੱਸ ਮੈਸੇਜ। ਇਹ ਸੀਗੇ ASI ਭੁਪਿੰਦਰ ਸਿੰਘ, ਜੋ ਕਿ ਆਪਣੇ ਗਾਣਿਆਂ ਦੇ ਰਾਹੀਂ ਮੈਂ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਟ੍ਰੈਫਿਕ ਵਾਇਲੇਸ਼ਨ ਤੋਂ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸਦਾ ਮੈਸੇਜ ਆ, ਕੱਲਾ ਭੁਪਿੰਦਰ ਸਿੰਘ ਦਾ ਨਹੀਂ, ਡਿਪਾਰਟਮੈਂਟ ਦਾ ਵੀ ਇਹ ਮੰਨਣਾ ਹੈ ਵੀ ਜਿਹੜੇ ਗਾਣਿਆਂ ਦੇ ਥਰੂ ਜਿਹੜਾ ਲੋਕਾਂ ਨੂੰ ਮੈਸੇਜ ਆ ਰਿਹਾ ਉਹ ਬਹੁਤ ਅੱਛਾ ਜਾ ਰਿਹਾ, ਲੋਕਾਂ ਨੂੰ ਜਲਦੀ ਸਮਝ ਆਉਂਦੀ ਹੈ ਵੀ ਟ੍ਰੈਫਿਕ ਵਾਇਲੇਸ਼ਨ ਤੋਂ ਕਿੱਦਾਂ ਨੁਕਸਾਨ ਹੋ ਰਿਹਾ, ਇਸ ਤੋਂ ਕਿੱਦਾਂ ਬਚਿਆ ਜਾ ਸਕਦਾ। ਇਹ ਦੋਨਾਂ ਦਾ ਮੰਨਣਾ, ਭੁਪਿੰਦਰ ਸਿੰਘ ਜੀ ਦਾ ਵੀ, ASI ਭੁਪਿੰਦਰ ਸਿੰਘ ਜੀ ਦਾ ਵੀ ਔਰ ਡਿਪਾਰਟਮੈਂਟ ਦਾ ਵੀ, ਲੇਕਿਨ ਉਹਨਾਂ ਨੂੰ ਇੱਕ ਗਿਲਾ ਹੈ, ਉਹ ਇੱਕ ਆਪਣਾ ਕਮਰਸ਼ੀਅਲ ਗਾਣਾ ਵੀ ਰਿਲੀਜ਼ ਕਰਨਾ ਚਾਹੁੰਦੇ ਆ, ਪਰ ਉਹ ਕਹਿੰਦੇ ਆ ਵੀ ਮੇਰੀ ਫਾਈਨੈਂਸ਼ੀਅਲ ਪੋਜੀਸ਼ਨ ASI ਦੀ ਹੈ ਕਿ ਆਪਣੇ ਸਤਰ 'ਤੇ ਮੈਂ ਕੋਈ ਗਾਣਾ ਰਿਲੀਜ਼ ਕਰ ਸਕਾਂ। ਉਹ ਹਾਲੇ ਕਿਸੇ ਪ੍ਰੋਡਿਊਸਰ ਦੀ ਉਡੀਕ 'ਚ ਹੈ ਵੀ ਕੋਈ ਪ੍ਰੋਡਿਊਸਰ ਉਹਨਾਂ ਨੂੰ ਮਿਲੇ ਅਤੇ ਉਹ ਉਹਨਾਂ ਦਾ ਕਮਰਸ਼ੀਅਲ ਗਾਣਾ ਰਿਲੀਜ਼ ਕਰੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।